ਉਹ ਤਾਂ ਭਾਈ ਸੱਤ ਚ ਜਾਣਾ ਮਾੜੀ ਗੱਲ ਆ ਉੱਥੇ ਵੀ ਲੜਾਈ ਆ ਕਿਉਂ ਉੱਥੇ ਐਵੇਂ ਜਦਾਈ ਕਰੀ ਜਾਂਦੇ ਜਿਹੜੇ ਪਿੰਡ 'ਚ 4-5 ਬੰਦਿਆਂ ਦੀ ਡਿਊਟੀ ਲਈ ਯਾਰ ਆਪਣੇ ਵੀ ਤੁਸੀਂ ਲੋਕਾਂ ਨਾਲ ਜਿੱਤਨੇ ਹੀ ਆ ਅੱਛਾ ਹਾਂ ਉਹ ਵੀ ਡਿਊਟੀ ਲੱਗੀ ਹੁੰਦੀ ਕੁਮਾਰਾਜ ਕੰਦ ਨੂੰ ਹਾਂ ਵੀ ਤੜਕੇ ਦੋ ਕਾਟ ਮਾਰ ਪੋਸਟ ਤੇ ਤੇ ਜਾ ਕੇ ਲੋਕਾਂ ਨਾਲ ਬੈਂਸ ਕਰੀ ਜਾਂ ਉਹਨਾਂ ਨੇ ਨਹੀਂ ਮੰਨਣਾ ਜੇ ਬੱਕਰੀ ਨੂੰ ਉੱਠੋਗੇ ਤਾਂ ਆਖਣਗੇ ਉੱਠੀ ਆ ਤੈਨੂੰ ਮੰਨਣਾ ਪਊਗਾ ਕਿ ਉਹਨਾਂ ਦਾ ਦਿਮਾਗ ਹੀ ਇੰਨਾ ਫਰੈਸ਼ ਹੁੰਦਾ ਜਿੰਨ ਜਦਾਈ ਨੂੰ ਤਗੜੇ ਫਰੈਸ਼ ਦਿਮਾਗ ਨੂੰ ਹਾਂ ਉਹ ਪੰਚ ਦੇ ਬੰਦਿਆਂ ਦੇ ਪਿੰਡ 'ਚ ਹਰੇਕ ਪਿੰਡ ਪਿੰਡ ਹੀ ਡਿਊਟੀ ਲਾਈ ਆ ਹਰੇਕ ਦੀ ਗੱਲ ਇਕੱਠੀ ਕਰਕੇ ਨੇ ਆ ਗਏ ਉੱਥੇ ਲੋਕਾਂ ਨੂੰ ਸੁਣਾਉਣੀ ਹਾਂ ਉਹਨਾਂ ਨੂੰ ਕਹਿੰਦੇ ਪਿੰਡ ਦੇ ਚੁਗਲਖੋਰ ਚੁਪਲੀ ਘਰ ਚੁਗਲੀ ਘਰ ਉੱਥੇ ਗੋਲ ਗੱਲਾਂ ਆਉਂਦੀ ਹੈ ਬਸ ਸਾਧ ਤੋਂ ਚੁਗਲੀ ਘਰੀ ਗਏ ਤੇ ਚੁਗਲੀ ਘਰੀ ਆ ਭਾਈ ਉੱਥੇ ਐਵੇਂ ਇੱਕ ਦੂਜੇ ਦਾ ਕੱਕਾ ਛਾਣੀ ਜਾਂਦੇ ਕੋਈ ਗੱਲ ਆ ਯਾਰ ਜੇ ਕਹਿੰਦਾ ਤੀਪੋ ਤਾਂ ਤਰੱਕੀ ਕਰਦਾ ਤੁਹਾਨੂੰ ਸ਼ਾਬਾਸ਼ ਦੇ ਉਹ ਆਦੀ ਮਿਹਨਤ ਕਰਕੇ ਆਏ ਯਾਰ ਮੂਰੇ ਤੇ ਇੱਥੋਂ ਤਾਂ ਉਹਨੇ ਕੋਈ ਨਹੀਂ ਕੋਇਆ ਹੈ ਜੇ ਕਹਿੰਨੇ ਕੋਈ ਸੰਧ ਲਿਆਦਾ ਤਾਂ ਉਹਨੇ ਤਾਂ ਇੱਥੋਂ ਤਾਂ ਕੋਈ ਨਹੀਂ ਲਿਆ ਯਾਰ ਭਵੇਂ ਆਪਦੇ ਨੇ ਕਿਸ਼ਤਾਂ ਵੜਾਆਂ ਗਿਆਂ ਉਹ ਕੋ ਕੀਤਾ ਉਹਦਾ ਸੰਧ ਲਿਆ ਰੋਟੀ ਕਹੂਗਾ ਸਹੀ ਹੈ ਰੱਜ ਕੇ ਉਹਦੇ ਕੰਨੇ ਵੀ ਆ ਕੇ ਮੁੜ ਕੇਵੇਂ ਦੰਦ ਗੱਡੀ ਜਾਂਦੀ ਕੀੜੇ ਬਿੰਗੇ ਨਾ ਕਿਲਾ ਬਹਾਗਰੀ ਜਾਂਦੇ ਆਹ ਕਾਂ ਦੀ ਡਿਊਟੀ ਲਾਈ ਆ ਕਿਹੜਾ ਬਾਬਾ ਹਾਂ ਭਾਈ ਇਹੀ ਡਿਊਟੀ ਲੱਗੀ ਹੈ ਪੰਜ ਪੰਜ 6 6 ਬੰਦੇ ਹਰੇਕ ਪਿੰਡ ਹੈਗੇ ਕਈ ਤਾਂ ਪਤੰਗਾਂ ਜੀ ਹੈਗੇ ਪਿੰਡ ਚ 20 20 ਚ 40 40 ਬੰਦੇ ਹੈਗੇ ਆ ਮੈਨੂੰ ਕਈ ਆ ਆ ਦਿੰਦੇ ਆ ਐਵੇਂ ਲੱਗਿਆ ਪਿਆ ਰਹਿੰਦਾ ਉੱਥੇ ਇੰਟਰਵਿਊ ਵਾਲਿਆਂ ਕੋਲੇ ਹੂੰ ਜੇ ਯਾਰ ਕੋਈ ਆ ਗਿਆ ਭਰਾ ਗੱਲਾਂ ਸੁਣ ਤਾ ਉਹਨੂੰ ਚਾਰ ਸੁਣਾਦਿਆਂ ਤਾਂ ਮੇਰਾ ਕੀ ਘਾਜੂ ਯਾਰ ਸਹੀ ਗੱਲ ਆ ਵੀਲਾ ਵੀ ਮੈਂ ਪੈਣਾ ਹੀ ਆ ਜੇ ਕੁਕਾਮਾ ਦਾ ਖੇਤ ਮੈਂ ਜਾ ਕੇ ਕੰਮ ਕਰ ਲੂੰਗਾ ਇਹ ਲੋਕ ਗੱਲਾਂ ਖੰਦ ਕਰਦੇ ਤਾਂ ਹੀ ਜੇ ਲੋਕ ਗੱਲਾਂ ਬਾਈ ਸਾਰਾ ਪੰਜਾਬ ਸੁਣਦਾ ਤਾਂ ਫੇਰ ਹੀ ਮੈਨੂੰ ਆ ਤਨੂੰ ਘਟੋ ਘਟ ਸੌ ਫੋਨ ਆਉਂਦਾ ਸਹੀ ਆ ਜੇ ਕੋਈ ਆਪਣੀਆਂ ਗੱਲਾਂ ਜਤੰਤਾਤਾ ਕਰਦੇ ਆ ਸਹੀ ਆ ਸਹੀ ਆ ਸਹੀ ਆ ਲੋਕ ਪਿਆਰ ਕਰਦੇ ਲੋਕਾਂ ਨੂੰ ਬਾਈ ਮੈਸੇਜ ਤਾਂ ਚੰਗਾ ਪਰ ਲੋਕ ਨਹੀਂ ਸਮਝਦੇ ਭਰਾ ਨਹੀਂ ਸਮਝਦੇ ਨਹੀਂ ਸਮਝਦੇ ਇੱਕ ਕਰੋ ਰੁਪਏ ਜਿਵੇਂ ਤੁਸੀਂ ਗੱਲ ਕੀਤੀ ਸੀ ਪਹਿਲਾਂ ਵੀ ਤਲਾਕਾਂ ਦੀ ਹੁਣ ਭਰਾਵਾਂ ਦਾ ਵੀ ਆਪਸ ਦੇ ਵਿੱਚ ਘਟਦੇ ਰਿਹਾ ਵੀ ਅੱਗੇ ਵਾਈ ਵੇ ਭਰਾਜਾ ਭਰਾ ਹੁੰਦੇ ਬੋੜਾ ਬੋੜਾ ਲਾ ਮਾ ਇਕੱਠੇ ਰਹੀ ਜਾਂਦੇ ਕਰੀ ਜਾਂਦੇ ਜਿਹੜੇ ਭਾਈ ਉਦੋਂ ਪੰਜ ਪੰਜ ਭਰਾ ਸੀਗੇ ਨਾ ਉਦੋਂ ਪੰਜਾਂ ਚੋਂ ਇੱਕ ਹੀ ਵਿਆਹ ਹੁੰਦਾ ਸੀਗਾ ਉਹ ਠੱਗ ਠਗਾ ਚੱਲੀ ਜਾਂਦਾ ਸੀਗਾ ਕਿਉਂ ਦੂਜੇ ਚਾਰ ਛੜੇ ਖੇਤ ਵੱਟਾਂ ਵੱਢੀ ਜਾਂਦੇ ਸੀਗੇ ਨਾਲੇ ਘਰੇ ਕੁਵਿਲਦਾਰੀ ਸਾਹਮਣੇ ਨਾਲੇ ਜਿਵੇਂ ਪਾਲ ਲੈਂਦਾ ਹਾਂ ਹੁਣ ਚਾਰੇ ਪੰਜੇ ਵਿਆਹੇ ਹੁੰਦੇ ਆ ਉਸੀ ਗੁਕੜਾਂ ਨੂੰ ਗੁੱਡੇ ਜਿ ਲੜੀ ਜਾਂਦੇ ਆ ਜੇ ਇਹ ਚੱਟ ਦਾ ਕਾਰੋਬਾਰ ਹੈ ਜਾਂ ਜੇ ਇਕੱਠੇ ਹੋ ਗਿਆ ਤੇ ਨੇ ਵਹਿ ਗਿਆ ਇੱਕ ਦਾ ਪਿੱਗ ਲੱਗਿਆ ਲੜਾਈ ਪੱਕਾ ਬਊਗੀ ਹੂੰ ਜਦ ਆਥ ਨੇ ਖਿੰਡ ਜਾਣ ਫੇਰ ਚੰਗੀ ਗੱਲ ਆ ਇੱਕ ਜਿਹੜਾ ਬੰਦਾ ਘਰ ਵਾਲੀ ਮਗਰ ਲੱਗ ਗਿਆ ਉਹਦਾ ਕੰਮ ਨਹੀਂ ਚੱਲਦਾ ਹੂੰ ਕਿਉਂ ਬੁੜੀਆਂ ਨੂੰ ਆਤ ਹੀ ਹੁੰਦੀ ਇਹਨਾਂ ਨੂੰ ਪਤਾ ਨਹੀਂ ਕਿਹਨੇ ਕੀ ਗੱਲ ਦਾ ਇਕੱਠੀਆਂ ਪਕਾ ਕੇ ਖੁਸ਼ ਨਹੀਂ ਰਹਿੰਦੀਆਂ ਵੱਡੋ ਵੱਟ ਪਕਾਉਂ ਜਾਂ ਇਹਨਾਂ ਨੂੰ ਸਵਾਦ ਬਹਲਾ ਆਉਂਦਾ ਹੂੰ ਕੰਮ ਕਰਕੇ ਨਹੀਂ ਖੋਸ਼ ਇਕੱਠੀਆਂ ਕੰਮ ਕਰੀ ਕਦੇ ਵਾਸਤੇ ਵੇਖ ਲਈ ਬੰਦਿਆਂ ਕੰਦ ਨੂੰ ਲੜ ਕੇ ਅਟਣਾ ਹੋਣਗੇ ਬੁੜੀਆਂ ਹੀ ਅਟਕਣਗੀਆਂ ਕਈ ਮੇਂ ਪਰਿਵਾਰ ਵੇਖਿਆ ਪਿੰਡਾਂ ਚ ਹਜੇ ਰੋਟੀ ਤੋਂ ਕਾਡਾ ਵਾਈ ਇਕੱਠੀ ਐ ਹਮ ਇਹ ਮੜਕੇ ਦਾ ਮਾੜੀ ਮਾੜੀ ਗੱਲ ਦੇ ਮੇਨਾ ਮਕੇ ਲੱਗ ਵੰਦ ਗੱਲ ਲੈ ਮੇਰੇ ਕੰਨੀ ਕਰਕੇ ਉਹਨੇ ਪਾਣੀ ਡੋਲਿਆ ਲੀੜੇ ਧੋਣ ਵਾਲਾ ਦਾ ਵੇਖ ਲੈ ਮੇਰੇ ਪੈਰ ਤੇ ਪੈ ਗਏ ਵੀ ਦੱਸ ਤੇਰੇ ਪੈਰ ਤੇ ਕਾਸਟ ਕੱਟ ਪੈ ਗਏ ਜੇ ਤੂੰ ਤੇਰਾ ਪੈਰ ਮੱਚ ਜਾਊਗਾ ਉਹ ਮਾੜੀ ਮਾੜੀ ਗੱਲ ਦਾ ਗੁੱਸਾ ਕਰੀ ਜਾਂਦੇ ਓਏ ਵਧਾਈ ਜਾਂਦੇ ਆਥ ਨੇ ਆਏ ਘਰੇ ਬੰਦੇ ਨੂੰ ਪਰਦੇ ਨਾਲ ਦੇ ਵੇਖੀ ਮੇਰੇ ਕੰਨੀ ਕਨੱਖਾ ਝਾਕਦੀ ਸੀ ਹਮ ਮੈਨੂੰ ਵੇਖ ਵੇਖ ਕੇ ਬੋਕਰ ਕਸ ਕਸ ਕੇ ਮਾਰੇ ਕਸ ਕਸ ਕੇ ਉਹ ਥੱਲੇ ਮਾਰੀ ਆ ਤੈਨੂੰ ਤਾਂ ਨਹੀਂ ਉਹਨਾਂ ਕੋਲ ਆਖਿਆ ਬਹੁਤ ਉੱਥੇ ਇੱਕ ਕੂਨ ਪਕਾਈ ਜਾਂਦੀਆਂ ਖੀਰ ਤੇ ਉਦੋਂ ਆ ਕੇ ਕੁਛ ਹੁੰਦਗਾ ਮੁੜ ਕੇ ਕਰ ਦਿੰਦੀਆਂ ਫੋਨ ਮੰਮੀ ਮੈਂ ਰੋਟੀ ਆਟਾ ਘਰ ਲਈ ਮੈਨੂੰ ਕੀ ਦੇਖੇ ਜਾਊਗਾ ਮਸ਼ੀਨ ਕੇ ਫਰਿੱਜ ਫਿਰ ਤਾਂ ਪੇਕਾਂ ਤੋਂ ਦੂਰੀ ਅਰਦਾਸ ਫੇਰ ਭਾਲਦੀਆਂ ਇਹ ਆਮ ਜ਼ਿੰਦਗੀ ਦੀਆਂ ਗੱਲਾਂ ਬਾਈ ਸਹੀ ਗੱਲ ਜਿਹੜੇ ਮੇਰੇ ਤਤ ਕੱਢੇ ਐ ਸਾਡੇ ਪਿੰਡ ਹੀ ਸੀਗੀ ਇੱਕ ਸਾਡੀ ਪਰਜਾਗਾਂ ਦੇ ਤਾਂ ਸੀਗੀ ਉਹ ਪਹਿਲਾਂ ਹੀ ਆਖਿਆ ਕਰੇ ਵਿਆਹ ਨੂੰ ਵਜੇ ਸੀ ਕਿ ਮਹੀਨੇ ਮੈਨੂੰ ਆਟਾ ਰੋਟੀ ਪਕਾਉਣ ਦਾ ਬਹੁਤ ਚਾਹ ਹੂੰ ਉਹਨੇ 9 ਮਹੀਨੇ ਕੰਮ ਚੱਲਣ ਦਿੱਤਾ ਵਾ ਤੋ ਮਗਰੋਂ ਮਾਦੀਦੀ ਨੇ ਏਡ ਬਕਾ ਕੇ ਛੱਡ ਗਾ ਹੂੰ